ਪਲਾ ਸਮਾਂ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਭਾਗ ਜਾਗੇ ਹਨ ਸਮਾਂ ਮਿਲੇ ਸੰਗਤ ਕਰਿਆ ਕਰੋ ਭਲਿਆ ਨਿੰਦਿਆ ਚੁਗਲੀ ਕਰਨ ਵਾਲਿਆਂ ਦੀ ਸੰਗਤ ਨਾ ਕਰਿਆ ਕਰੋ ਜਿਹੜੇ ਨਿੰਦਕ ਨੇ ਜਿਹੜੇ ਰੱਬ ਨਾਲ ਜੋੜਦੇ ਨੇ ਸੰਗਤ ਵੀ ਉਹਨਾਂ ਦੀ ਪਿਆਰਿਓ ਜਿਹਨਾਂ ਨੂੰ ਕੁਝ ਮਿਲਿਆ ਨਹੀਂ ਕੋਈ ਰੱਬ ਦਾ ਪਿਆਰਾ ਜੋੜਨ ਵਾਲਾ ਉਹਨਾਂ ਵਾਸਤੇ ਸਾਰੇ ਹੀ ਉਹੋ ਜਿਹੇ ਨੇ ਬੇਨਤੀ ਪ੍ਰਵਾਨ ਕਰਿਓ ਦਾਸ ਦੀਆਂ ਭੁੱਲਾਂ ਮਾਫ਼ ਕਰਿਓ ਗੁਰੂ ਪਿਆਰੀ ਸਾਧ ਸੰਗਤ ਜੀ ਇੰਨੇ ਵੱਡੇ ਸਤਿਗੁਰੂ ਜਿਹਨਾਂ ਦਾ ਆਪਾਂ ਅਵਤਾਰ ਦਿਹਾੜਾ ਮਨਾ ਰਹੇ ਹਾਂ ਮੈਂ ਅੱਗੇ ਵੀ ਕਈ ਵਾਰ ਬੇਨਤੀ ਕੀਤੀ ਦੁਨੀਆਂ ਤੇ ਬੜੇ ਗੁਰੂ ਚਾਰ ਯੁੱਗਾਂ ਦੇ ਵਿੱਚ ਆਏ ਨਿੰਦਾ ਨਹੀਂ ਕਿਸੇ ਵੀ ਗੁਰੂ ਨੇ ਆਪਣੇ ਸੇਵਕ ਨੂੰ ਆਪਣਾ ਰੂਪ ਨਹੀਂ ਜੇ ਦਿੱਤਾ ਤੇ ਕੇਵਲ ਇੱਕ ਦੋ ਸਰੀਰਾਂ ਨੂੰ ਦੇ ਸਕਿਆ ਆਪਣੇ ਜਿਹੜੇ ਸੇਵਕ ਚੇਲੇ ਬਣਾਏ ਇੱਕ ਜਾਂ ਦੋ ਬਣਾ ਸਕਿਆ ਵੱਧ ਨਹੀਂ ਜੇ ਬਣਾ ਸਕਿਆ ਕਿਸੇ ਵੀ ਗੁਰੂ ਨੇ ਆਪਣੇ ਚੇਲਿਆਂ ਨੂੰ ਆਪਣੇ ਸੇਵਕ ਨੂੰ ਆਪਣੇ ਵਰਗਾ ਨਹੀਂ ਜੇ ਬਣਾਇਆ ਤਾਂ ਕੇਵਲ ਦੋ ਚਾਰ ਦੋ ਬਣਾ ਸਕਿਆ ਚੇਲੇ ਤਿੰਨ ਬਣਾ ਸਕਿਆ ਵੱਧ ਨਹੀਂ ਬਣਾ ਸਕਿਆ ਕਿਸੇ ਗੁਰੂ ਨੇ ਆਪਣੇ ਸੇਵਕ ਨੂੰ ਆਪਣੇ ਜਿੰਨੀਆਂ ਸ਼ਕਤੀਆਂ ਸਾਰਿਆਂ ਨੂੰ ਨਹੀਂ ਜੇ ਦਿੱਤੀਆਂ ਤੇ ਇੱਕ ਨੂੰ ਪੱਗ ਬਣਾ ਕੇ ਤੁਰ ਗਿਆ ਅਖੀਰ ਤੇ ਪਰ ਵੇਖੋ ਮੇਰਾ ਬਾਜਾਂ ਵਾਲਾ ਹਰ ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ ਆਪਣੇ ਸਿੱਖ ਨੂੰ ਆਪਣਾ ਰੂਪ ਦਿੱਤਾ ਆਪਣੇ ਵਰਗਾ ਬਣਾਇਆ ਇੱਥੋਂ ਤੱਕ ਹੀ ਗੱਲ ਸੀਮਤ ਨਹੀਂ ਰੱਖੀ ਲੱਖਾਂ ਤੇ ਕਰੋੜਾਂ ਨੂੰ ਆਪਣਾ ਰੂਪ ਦੇ ਕੇ ਜੇ ਤੂੰ ਬੰਦਗੀ ਕਰੇਗਾ ਉਹਦੀ ਦੱਸੀ ਰਹਿਤ ਤੇ ਚੱਲੇਗਾ ਮਰਿਆਦਾ ਦੇ ਵਿੱਚ ਆ ਜਾਏਗਾ ਸਿਮਰਨ ਭਜਨ ਬੰਦਗੀ ਕਰੇਗਾ ਤੇ ਉਹਦੇ ਜਿੰਨੀਆਂ ਸ਼ਕਤੀਆਂ ਵੀ ਪ੍ਰਾਪਤ ਕਰ ਲਏਗਾ ਕਿਸੇ ਇੱਕ ਨੂੰ ਨਹੀਂ ਦਿੱਤੀਆਂ ਲੱਖਾਂ ਕਰੋੜਾਂ ਨੂੰ ਹੀ ਦੇ ਦਿੱਤੀਆਂ ਗੁਰੂ ਪਿਆਰੀ ਸਾਧ ਸਿੰਘ ਜੀ ਅੱਜ ਵੀ ਸਾਡੇ ਜਾਗਣ ਦੀ ਲੋੜ ਹੈ ਅੰਮ੍ਰਿਤ ਵੇਲਾ ਸੰਭਾਲੀਏ ਅੰਮ੍ਰਿਤ ਰੂਪੀ ਬਾਣੀ ਨਾਲ ਜੁੜੀਏ ਤੇ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣ ਕੇ ਸਿਮਰਨ ਭਜਨ ਬੰਦਗੀ ਵਾਲਾ ਜੀਵਨ ਬਣਾਈਏ ਤੇ ਗੁਰੂ ਕਿਰਪਾ ਕਰੇ ਤੇ ਪਿਆਰਿਓ ਫਿਰ ਕੀ ਮਿਲੇਗਾ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਹੋਈਆਂ ਭੁੱਲਾਂ ਦੀ ਮੁਆਫ਼ੀ ਇੱਥੇ ਸਮਾਪਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਸੁਗੁਰੂ ਪਿਆਰਿਓ ਗੁਰਮੁਖ ਪਿਆਰੇ ਕੁਛ ਸਮਾਂ ਲਾ ਕੇ ਸਾਹਿਬ ਕਲੀਆਂ ਵਾਲੇ ਚੋਜੀ ਪ੍ਰੀਤਮ ਜਿਹਨਾਂ ਦਾ ਅਵਤਾਰ ਦਿਹਾੜਾ ਜਾਣੀ ਕਿ ਅਵਤਾਰ ਦਿਹਾੜੇ ਨੂੰ ਸਮਰਪਿਤ ਇਹ ਵੱਡਾ ਸਮਾਗਮ ਦੋ ਸ੍ਰੀ ਅਖੰਡ ਪਾਠ ਸਾਹਿਬ ਚੱਲ ਰਹੇ ਨੇ ਇੱਕ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਚੱਲ ਰਿਹਾ ਹੈ ਇੱਕ ਸਾਹਿਬ ਗੁਰੂ ਸ੍ਰੀ ਜਪਜੀਤ ਸਾਹਿਬ ਜੀ ਦਾ ਪਾਠ ਚੱਲ ਰਿਹਾ ਗੁਰੂ ਪਿਆਰਿਓ ਹੁਣ ਸਮਾਂ ਮਹਾਂਪੁਰਸ਼ਾਂ ਦਾ ਹੈ ਦਸਮ ਪਿਤਾ ਜੀ ਕਲਗੀਆਂ ਵਾਲਿਆ ਸੱਚੇ ਪਿਤਾ ਕਲਗੀਆਂ ਵਾਲਿਆ ਤੇਰਾ ਹੀ ਹੌਂਸਲਾ ਸੀ ਅੱਖਾਂ ਸਾਹਮਣੇ ਪੁੱਤਾਂ ਨੂੰ ਵਾਰ ਦੇਣਾ ਕਲਗੀ ਵਾਲਿਆ ਤੇਰਾ ਹੀ ਹੌਂਸਲਾ ਸੀ ਅੱਖਾਂ ਸਾਹਮਣੇ ਪੁੱਤਾਂ ਨੂੰ ਵਾਰ ਦੇਣਾ ਇੱਕ ਹੋਇਆ ਅਜੇ ਸ਼ਹੀਦ ਹੋਵੇ ਕਰ ਦੂਸਰਾ ਫੇਰ ਪਿਆਰ ਦੇਣਾ ਲੋਕਾਂ ਦੇ ਪੁੱਤ ਬਚਾਉਣੇ ਨੂੰ ਆਪਣੇ ਪੁੱਤਾਂ ਨੂੰ ਵਾਰ ਦੇਣਾ ਲੋਕਾਂ ਦੇ ਘਰ ਵਸਾਵਣੇ ਨੂੰ ਆਪਣਾ ਘਰ ਉਜਾੜ ਦੇਣਾ ਲੋਕਾਂ ਦੇ ਘਰ ਵਸਾਵਣੇ ਨੂੰ ਆਪਣਾ ਘਰ ਉਜਾੜ ਦੇਣਾ ਗੁਰੂ ਦੀ ਜੇ ਲੋੜ ਹੋਵੇ ਗੁਰੂ ਵੀ ਅਜਿਹਾ ਹੋਵੇ ਜੈਸੇ ਦਸ਼ਮੇਸ਼ ਮਾਤਾ ਗੁਜਰੀ ਦੇ ਲਾਲ ਜੀ ਜੈਸੇ ਦਸ਼ਮੇਸ਼ ਮਾਤਾ ਗੁਜਰੀ ਦੇ ਲਾਲ ਜੀ ਸੁਕਲੀਆਂ ਵਿੱਚ ਜੋਗੀ ਪੀਤਮ ਦੀ ਬਖਸ਼ਿਸ਼ ਵਰਤ ਰਹੀ ਹੈ ਸੰਗਤਾਂ ਨੂੰ ਬੇਨਤੀ ਹੈ ਗੁਰੂ ਪਿਆਰਿਓ ਮਹਾਂਪੁਰਸ਼ ਬਸ ਚੰਦ ਮਿੰਟਾਂ ਵਿੱਚ ਹੀ ਆ ਕੇ ਦੀਦਾਰੇ ਦੇਣਗੇ ਔਰ ਸੰਗਤਾਂ ਨੂੰ ਕੀਰਤਨ ਕਥਾ ਪ੍ਰਵਚਨਾਂ ਰਾਹੀਂ ਨਿਹਾਲ ਕਰਨਗੇ ਸੋ ਹੁਣ ਤਾਂ ਬੋਲ ਚੱਕਣ ਦਾ ਵੇਲਾ ਗੁਰੂ ਪਿਆਰਿਓ ਬੋਲ ਚੱਕਣ ਦੇ ਸਮੇਂ ਕੋਈ ਇੱਧਰ ਉੱਧਰ ਨਾ ਹੀ ਜਾਵੇ ਤਾਂ ਦਾਸ ਦੀ ਬੇਨਤੀ ਪ੍ਰਵਾਨ ਕਰੋ ਕਿਉਂਕਿ ਮਹਾਂਪੁਰਸ਼ ਹੁਣ ਆ ਕੇ ਦੀਦਾਰੇ ਦੇਣਗੇ ਦਰਸ਼ਨ ਕਰਨਗੇ ਕਥਾ ਕੀਰਤਨ ਪ੍ਰਵਚਨਾਂ ਰਾਹੀਂ ਨਿਹਾਲ ਕਰਨਗੇ ਕੁਝ ਸਮੇਂ ਲਈ ਥੋੜੇ ਮਿੰਟਾਂ ਵਾਸਤੇ ਸਾਡੇ ਵੀਰ ਸੁਖਵੰਤ ਸਿੰਘ ਜੀ ਇਹ ਹਾਜ਼ਰੀ ਭਰ ਰਹੇ ਨੇ ਉਸ ਤੋਂ ਬਾਅਦ ਬਾਬਾ ਜੀ ਤੇ ਬਾਬਾ ਜੀ ਦੇ ਨਾਲ ਆਇਆ ਹੋਇਆ ਜਥਾ ਉਹ ਹਾਜ਼ਰੀ ਭਰੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਵਾਹਿਗੁਰੂ ਸਾਹਿਬ ਜੀ
एक ओंकार सतनाम करता पुरख निरभव निरवैर अकाल मूरत अजूनी सैभं गुरप्रसाद जप आद सच जुगाद सच हैपी सच नानक हुसी पी सच वाहिगुरु जी का खालसा वाहिगुरु जी की फतेह जुगो जुग अटल चबर शतर तख्त दे मालक शब्द गुरु साहब श्री गुरु ग्रंथ साहब जी सच्चे पातशाह तिन्हां दी पावन पवित्र अमृतमई हजूरी अंदर जुड़ बैठे परम सन्मान योग गुरु प्यारे गुरु सवारे गुरु सत्कारे सतसंगी जनों आप बहुत वड्डियां भागां वाले जी जो पातशाह साहिबे कमाल साहब श्री गुरु गोबिंद सिंह साहब जी सच्चे पातशाह तिन्हां दे आगमन पुरब और उन्हां दे प्रकाश दिहाड़े गुरमुख प्यारे बड़ी श्रद्धा दे नाल भावना दे नाल अकीदत भरोसे दे नाल आप सारी संगत मिलजुल के मना रहे जे और नाल नाल सत्कार योग महापुरख महा बाबा हरनाम सिंह जी तिन्हां दे मौजूदा गद्दी नशीन सत्कार योग महापुरख बाबा सुखदेव सिंह जी गुरु ग्रंथ साहिब महाराज की छत्र छाया दे हेठ अते महापुरखां दे सहयोग दे नाल जो आप जी दे शहर दे विच इह गुरमत समागम हो रहे हन पातशाह गुरु नानक देव महाराज बाणी अंदर एक बड़ा प्यारा पातशाह दा वचन है और नाल नाल भाई गुरदास जी वारा अंदर भी जिक्र करदे ने कहन लगे कुरबानी तिन्हां गुरसिखां भाए पुरब गुरपुरब करंदा कि उह गुरसिख जिहड़े आ भागां वाले ने उहनां दा जीवन मुबारक है जिहड़े अपने वड्डियां वडेरियां दे महापुरखां दे गुरुआं दे आगमन पुरब और प्रकाश दिहाड़े मनाउंदे ने ते फिर जिन्हां ने गुरु नूं प्रेम दे नाल श्रद्धा दे नाल भरोसे दे नाल उहनां पूजिया है सेवा कीती है ते फिर गुरु नानक साहिब महाराज एक तिल मात्र भी जिहड़ा घाल है उस गुरसिख प्यारे दी रखी नहीं जे आपां कलगियां वाले पातशाह दा ਇਹ ਆਗਮਨ ਪੁਰਬ ਉਹਨਾਂ ਦਾ ਪ੍ਰਕਾਸ਼ ਦਿਹਾੜਾ ਸਤਿਕਾਰ ਦੇ ਨਾਲ ਮਨਾ ਰਹੇ ਹਾਂ ਅਤੇ ਜੇ ਆਪਾਂ ਭਰੋਸੇ ਦੇ ਨਾਲ ਸਤਿਕਾਰ ਦੇ ਨਾਲ ਕਲਗੀਆਂ ਵਾਲੇ ਦੇ ਉੱਤੇ ਭਰੋਸਾ ਰੱਖ ਕੇ ਵਿਸ਼ਵਾਸ ਰੱਖ ਕੇ ਆਪਣੀ ਸੁਰਤ ਦੇ ਵਿੱਚ ਉਹਨਾਂ ਨੂੰ ਟਿਕਾ ਕੇ ਮਨਾਵਾਂਗੇ ਅਤੇ ਜੇ ਆਪਾਂ ਉਹਨਾਂ ਦਾ ਪ੍ਰਕਾਸ਼ ਮਨਾ ਰਹੇ ਹਾਂ ਤਾਂ ਫਿਰ ਇਹਦੇ ਵਿੱਚ ਕੋਈ ਅੱਤ ਕਥਨੀ ਨਹੀਂ ਕਲਗੀਆਂ ਵਾਲੇ ਪਾਤਸ਼ਾਹ ਕਿਰਪਾ ਕਰਕੇ ਆਪਣੇ ਹਿਰਦੇ ਦੇ ਵਿੱਚ ਜ਼ਰੂਰ ਪ੍ਰਕਾਸ਼ ਕਰਨਗੇ ਖਿਆਲ ਕਰਨਾ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਬਚਨ ਆ ਜਪਜੀ ਸਾਹਿਬ ਦੀ ਬਾਣੀ ਅੰਦਰ ਆਪਾਂ ਰੋਜ਼ਾਨਾ ਸਰਵਣ ਕਰਦੇ ਕਿ ਗੁਰੂ ਦਾ ਜਿਹੜਾ ਪ੍ਰਕਾਸ਼ ਹੈ ਨਾ ਭਾਈ ਗੁਰਦਾਸ ਦੀ ਵਾਰ ਦੇ ਇੱਕ ਬੜੇ ਪਿਆਰੇ ਬਚਨ ਆ ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਣਾ ਕਰਦੇ ਨੇ ਦੀਵਾ ਬਲੇ ਬਸੰਤ ਰੋਂ ਚਾਨਣ ਹਨੇਰਾ ਕਹਿਣ ਲੱਗੇ ਗੁਰਸਿੱਖਾ ਜਦੋਂ ਦੀਵਾ ਜਲਦਾ ਔਰ ਜਦੋਂ ਸੂਰਜ ਚੜ੍ਹਦਾ ਆ ਜਿੰਨਾ ਮਰਜ਼ੀ ਹਨੇਰਾ ਹੋਵੇ ਔਰ ਕਮਰੇ ਦੇ ਵਿੱਚ ਹਨੇਰਾ ਹੈ ਦੀਵੇ ਦੇ ਨਾਲ ਸਾਰਾ ਜਿਹੜਾ ਹਨੇਰਾ ਹੈ
ਉਹ ਇੱਕ ਦੀਵਾ ਜਗਿਆ ਤੇ ਜਿਹੜਾ ਹਨੇਰਾ ਹੈ ਕਮਰੇ ਦੇ ਵਿੱਚੋਂ ਖਤਮ ਹੋ ਗਿਆ। ਇੱਕ ਹੋਰ ਜੋ ਭਾਈ ਸਾਹਿਬ ਸਮਝਾਉਣਾ ਚਾਹੁੰਦੇ ਨੇ, ਕਹਿਣ ਲੱਗੇ ਵੇਖ ਮਨੁੱਖਾ, ਆਪਣੇ ਹੱਥਾਂ ਦੇ ਨਾਲ ਤੂੰ ਆਪਣੇ ਕਮਰੇ ਦੇ ਵਿੱਚ ਬੇਅੰਤ ਵਸਤੂਆਂ ਟਿਕਾਈਆਂ ਨੇ, ਪਰ ਅੰਦਰ ਹਨੇਰਾ ਹੈ। ਉਹਨਾਂ ਵਸਤੂਆਂ ਨੂੰ ਤੂੰ ਲੱਭਣ ਦਾ ਆਪਣੇ ਹੱਥਾਂ ਦੇ ਨਾਲ ਹਾਲੇ ਟਿਕਾਈਆਂ ਨੇ। ਭਾਈ ਸਾਹਿਬ ਲਿਖਦੇ ਨੇ ਕਿ ਆਪਣੇ ਹੱਥਾਂ ਦੇ ਨਾਲ ਵਸਤੂਆਂ ਟਿਕਾਈਆਂ ਨੇ ਕਮਰੇ ਦੇ ਅੰਦਰ। ਕਮਰਾ ਭਰਿਆ ਪਿਆ ਹੈ ਵਸਤੂਆਂ ਦੇ ਨਾਲ, ਪਰ ਅੰਦਰ ਕਮਰੇ ਦੇ ਹਨੇਰਾ ਹੈ। ਆਪਣੇ ਹੱਥਾਂ ਦੇ ਨਾਲ ਟਿਕਾਈਆਂ ਹੋਈਆਂ ਵਸਤੂਆਂ ਤੂੰ ਹਨੇਰੇ ਵਾਲੇ ਕਮਰੇ ਦੇ ਵਿੱਚੋਂ ਉਹਨਾਂ ਨੂੰ ਲੱਭ ਨਹੀਂ ਸਕਦਾ। ਤੈਨੂੰ ਪ੍ਰਕਾਸ਼ ਦੀ ਚਾਨਣ ਦੀ ਜ਼ਰੂਰਤ ਹੈ। ਪਰ ਕਹਿਣ ਲੱਗੇ ਜੋ ਇਹ ਸਰੀਰ ਆ ਨਾ ਕੋਠੜੀ, ਗੁਰੂ ਨਾਨਕ ਸਾਹਿਬ ਮਹਾਰਾਜ ਨੇ ਬਾਣੀ ਅੰਦਰ ਕਹਿਣ ਲੱਗੇ ਉਹ ਤੇ ਇੱਕ ਕਮਰਾ ਆ, ਇੱਕ ਕਮਰੇ ਦੇ ਵਿੱਚ ਤੂੰ ਕੁਝ ਵਸਤੂਆਂ ਟਿਕਾਈਆਂ ਨੇ ਆਪਣੇ ਹੱਥਾਂ ਦੇ ਨਾਲ, ਹਨੇਰਾ ਆ ਲੱਭ ਨਹੀਂ ਸਕਦਾ। ਪਰ ਕਹਿਣ ਲੱਗੇ ਸਰੀਰ ਤੇਰਾ ਇੱਕ ਕੋਠੀ ਆ, ਕਮਰਾ ਹੈ, ਪਰ ਇਹਦੇ ਵਿੱਚ ਵਸਤੂਆਂ ਤੂੰ ਆਪਣੇ ਹੱਥਾਂ ਦੇ ਨਾਲ ਟਿਕਾਈਆਂ ਨੇ। ਬਾਣੀ ਅੰਦਰ ਤੇ ਤੋਂ ਜਦ ਤੱਕ ਜ਼ਿਕਰ ਕੀਤਾ ਪਾਤਸ਼ਾਹ ਨੇ, ਗੁਰੂ ਨਾਨਕ ਸਾਹਿਬ ਮਹਾਰਾਜ ਨੇ, ਕਿ ਤੇਰੇ ਸਰੀਰ ਦੇ ਅੰਦਰ 72 ਕੋਠੜੀਆਂ ਨੇ, 72। ਬਾਣੀ ਨੂੰ ਪੜ੍ਹੋ, ਬਾਣੀ ਨੂੰ ਵਿਚਾਰੋ। ਗੁਰੂ ਨਾਨਕ ਸਾਹਿਬ ਕਿਰਪਾ ਕਰਦੇ ਨੇ, ਕਹਿਣ ਲੱਗੇ ਇੱਕ ਕੋਠੀ ਦੇ ਵਿੱਚ ਕਮਰੇ ਦੇ ਵਿੱਚ ਹਨੇਰਾ ਆ, ਉੱਥੋਂ ਵਸਤੂਆਂ ਨਹੀਂ ਪ੍ਰਾਪਤ ਕਰ ਸਕਦਾ। ਪਰ ਕਹਿਣ ਲੱਗੇ ਸਰੀਰ ਦੀ ਕੋਠੀ ਦੇ ਵਿੱਚ ਕਹਿਣ ਲੱਗੇ 72 ਕੋਠੜੀਆਂ ਨੇ, ਇੱਕ ਕਮਰੇ ਦੇ ਵਿੱਚੋਂ ਵਸਤੂਆਂ ਲੱਭਣੀਆਂ ਔਖੀਆਂ ਨੇ, ਤੇ ਜਿਹੜਾ 72 ਕੋਠੜੀਆਂ ਦੇ ਬਾਰੇ ਤੈਨੂੰ ਪਤਾ ਹੀ ਨਹੀਂ, ਇਹਨਾਂ ਦੇ ਬਾਰੇ ਤੈਨੂੰ ਕੋਈ ਗਿਆਨ ਨਹੀਂ, ਅੰਦਰ ਦਾ ਗਿਆਨ ਨਹੀਂ। ਅੰਦਰ ਦਾ ਗਿਆਨ ਆ ਮਹਾਂਪੁਰਖਾਂ ਦੇ ਕੋਲ, ਅੰਦਰ ਦਾ ਗਿਆਨ ਆ ਸਾਧੂਆਂ ਦੇ ਕੋਲ, ਜਿਨ੍ਹਾਂ ਨੇ ਦਿਨ ਰਾਤ ਸਾਧਨਾ ਕਰ ਕਰਕੇ ਆਪਣੀ ਬਾਹਰ ਦੀ ਸੁਰਤ ਹੈ। ਆਪਾਂ ਦੁਨੀਆਂ ਬਾਰੇ ਸੋਚਣਾ ਹੈ, ਜਿਹੜਾ ਸਾਧੂ ਹੈ ਉਹ ਆਪਣੀ ਸੁਰਤ ਨੂੰ ਅੰਦਰ ਲਿਜਾਂਦਾ, ਅੰਦਰ ਆਪਣੀ ਸੁਰਤ ਬਾਹਰ ਸਮਾਜ ਦੇ ਵਿੱਚ ਹੈ, ਔਰ ਸਾਧੂ ਦੀ ਸੁਰਤ ਜਿਹੜੀ ਹੈ ਉਹ ਅੰਦਰ ਹੈ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਕਿਰਪਾ ਕਰਦੇ ਨੇ, ਦੀਵਾ ਜਿਹੜਾ ਸਾਰਾ ਕੁਝ ਮੌਜੂਦ ਹੈ, ਤੇਲ ਹੈ, ਵੱਟੀ ਹੈ, ਪਰ ਦੀਵੇ ਨੂੰ ਭਾਈ ਗੁਰਦਾਸ ਜੀ ਲਿਖਦੇ ਨੇ, ਦੀਵਾ ਬਲੈ ਬਸੰਤਰੋਂ, ਬਸੰਤਰ ਦਾ ਭਾਵ ਹੁੰਦਾ ਅੱਗ। ਕਹਿਣ ਲੱਗੇ ਸਾਰਾ ਕੁਝ ਮੌਜੂਦ ਹੈ, ਦੀਵਾ ਬਣਿਆ ਹੈ, ਤੇਲ ਵਿੱਚ ਹੈ, ਵੱਟੀ ਹੈ, ਪਰ ਕਹਿਣ ਲੱਗੇ ਜਿੰਨਾ ਚਿਰ ਅੱਗ ਨਾ ਦੇਵਾਂਗੇ, ਅੱਗ ਦੀ ਸੰਗਤ ਨਾ ਮਿਲੇਗੀ ਵੱਟੀ ਨੂੰ, ਉਹਨਾਂ ਚਿਰ ਕਹਿਣ ਲੱਗੇ ਦੀਵੇ ਨੇ ਜਲਣਾ ਨਹੀਂ। ਤੇ ਜਿੰਨਾ ਚਿਰ ਜਲੇਗਾ ਨਾ, ਪ੍ਰਕਾਸ਼ ਨਾ ਹੋਵੇਗਾ, ਉਹਨਾਂ ਚਿਰ ਵਸਤੂਆਂ ਦਿਸਣੀਆਂ ਨਹੀਂ। ਇਸੇ ਤਰ੍ਹਾਂ ਭਾਈ ਸਾਹਿਬ ਬਚਨ ਕਰਦੇ ਨੇ, ਸਰੀਰ ਤੇਰਾ ਦੀਵਾ ਹੈ। ਆਪਾਂ ਰੋਜ਼ਾਨਾ ਬਚਨ ਪੜ੍ਹਦੇ ਹਾਂ ਕਿ ਸਭ ਮੈਂ ਜੋਤ, ਜੋਤ ਹੈ ਸੋਏ, ਕਿ ਸਾਰਿਆਂ ਸਰੀਰਾਂ ਦੇ ਵਿੱਚ ਜੋਤ ਹੈ। ਭਾਈ ਗੁਰਦਾਸ ਜੀ ਬਚਨ ਕਰਦੇ ਨੇ, ਦੀਵਾ ਹੈ, ਤੇਲ ਹੈ, ਵੱਟੀ ਹੈ, ਪਰ ਕਹਿਣ ਲੱਗੇ ਉਹਨੂੰ ਅੱਗ ਦੀ ਜ਼ਰੂਰਤ ਹੈ, ਅੱਗ ਦੇ ਨਾਲ ਮਿਲਾਪ ਹੋਵੇਗਾ, ਪ੍ਰਕਾਸ਼ ਹੋ ਜਾਏਗਾ। ਇਸੇ ਤਰ੍ਹਾਂ ਕਹਿਣ ਲੱਗੇ ਸਭ ਕੁਝ ਤੇਰੇ ਸਰੀਰ ਦੇ ਵਿੱਚ ਹੈ, ਪਰ ਕਹਿਣ ਲੱਗੇ ਇਹਨੂੰ ਕਿਹਦੀ ਲੋੜ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਪਜੀ ਸਾਹਿਬ ਦੀ ਪੰਕਤੀ ਦੇ ਅੰਦਰੋਂ ਆਪ ਜੀ ਨੂੰ ਯਾਦ ਨੇ, ਕੰਠ ਨੇ ਬਾਣੀ, ਗੁਰੂ ਨਾਨਕ ਸਾਹਿਬ ਮਹਾਰਾਜ ਕਿਰਪਾ ਕਰਦੇ ਨੇ, ਉਹ ਵੱਟੀ ਨੂੰ ਅੱਗ ਮਿਲੀ, ਪ੍ਰਕਾਸ਼ ਹੋ ਗਿਆ, ਤੇਰੇ ਹਿਰਦੇ ਅੰਦਰ ਸਾਰਾ ਕੁਝ ਮੌਜੂਦ ਹੈ, ਪਰ ਕਹਿਣ ਲੱਗੇ ਤੈਨੂੰ ਉਹ ਅੱਗ ਜਿਹੜੀ ਆ ਕਿੱਥੋਂ ਮਿਲਣੀ ਆ। ਕਹਿਣ ਲੱਗੇ ਮਤ ਵਿੱਚ ਰਤਨ ਜਵਾਹਰ ਮਾਨਕ, ਕਹਿਣ ਲੱਗੇ ਤੇਰੇ ਸਰੀਰ ਦੇ ਵਿੱਚ ਪਤਾ ਨਹੀਂ ਬੇਅੰਤ ਹੀਰੇ ਜਵਾਹਰਾਤ ਜਿਹੜੇ ਆ, ਇਹ ਤੇਰੀਆਂ ਕੋਠੜੀਆਂ ਇਹਨਾਂ ਦੇ ਨਾਲ ਭਰੀਆਂ ਪਈਆਂ ਨੇ। ਪਰ ਕਹਿਣ ਲੱਗੇ ਸਾਧੂ ਕਿਉਂ ਅਮੀਰ ਹੈ, ਸਾਧੂ ਦੀ ਸੁਰਤ ਅੰਦਰ ਉਹਨੂੰ ਸਭ ਕੁਝ